ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਦੇ ਉੱਪਰ ਪੰਜਾਬ ਦਿਨ ਭਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਵਿਸਥਾਰ ਨਾਲ ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਦੇ ਬਾਰੇ। ਸ਼ੁਰੂਆਤ ਕਰਦੇ ਹਾਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਖਬਰ ਨਾਲ। ਜੀ ਹਾਂ, ਅਰਵਿੰਦ ਕੇਜਰੀਵਾਲ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਉੱਪਰ ਭੇਜ ਦਿੱਤਾ ਗਿਆ। ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ 4 ਦਿਨਾਂ ਦੇ ਰਿਮਾਂਡ ਤੋਂ ਬਾਅਦ ਅੱਜ ਫਿਰ ਈਡੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਰਾਇਮਸ ਐਵਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਦੇ ਵਿੱਚ ਅਦਾਲਤ ਦੇ ਵੱਲੋਂ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਲਈ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਅੱਜ ਅਦਾਲਤ ਦੇ ਵਿੱਚ ਕੀ ਕੁਝ ਰਿਹਾ, ਹੁਣ ਤੱਕ ਕਿੰਨੀ ਵਾਰ ਈਡੀ ਨੂੰ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਮਿਲਿਆ, ਦੇਖਦੇ ਹਾਂ ਇਸ ਖਾਸ ਰਿਪੋਰਟ ਦੇ ਨਾਲ। ਰਾਊਸ ਐਵਨਿਊ ਕੋਰਟ 'ਚ ਹੋਈ ਕੇਜਰੀਵਾਲ ਦੀ ਪੇਸ਼ੀ। ਕੇਂਦਰੀ ਏਜੰਸੀ ਨੇ ਲਗਾਏ ਵੱਡੇ ਆਰੋਪ। ਪੰਦਰਾਂ ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਅਰਵਿੰਦ ਕੇਜਰੀਵਾਲ। ਤਿਹਾੜ ਜੇਲ੍ਹ ਦੀ ਬੈਰਕ 5 'ਚ ਰਹਿਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ। ਕੇਂਦਰੀ ਏਜੰਸੀ ਨੇ ਮੁੱਖ ਮੰਤਰੀ ਦੀ 15 ਦਿਨਾਂ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਰਾਊਸ ਐਵਨਿਊ ਅਦਾਲਤ ਨੇ ਮਨਜ਼ੂਰ ਕਰ ਲਿਆ। ਦੱਸਿਆ ਜਾ ਰਿਹਾ ਕਿ ਹੁਣ ਕੇਜਰੀਵਾਲ ਨੂੰ ਤਿਹਾੜ ਦੀ ਬੈਰਕ 5 ਦੇ ਵਿੱਚ ਰੱਖਿਆ ਜਾਵੇਗਾ, ਜਿਸ ਨੂੰ ਲੈ ਕੇ ਤਿਹਾੜ ਜੇਲ੍ਹ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ। ਬੈਰਕ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਵੀ ਮੀਟਿੰਗ ਕੀਤੀ ਜਾ ਰਹੀ ਹੈ। ਦੱਸਦੇ ਕਿ ਅੱਜ ਸੁਣਵਾਈ ਦੌਰਾਨ ਕੇਂਦਰੀ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਤੇ ਉਹ ਲਗਾਤਾਰ ਗੋਲਮੋਲ ਜਵਾਬ ਦੇ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਕੇਜਰੀਵਾਲ ਆਪਣੇ ਆਈਫੋਨ ਦਾ ਪਾਸਵਰਡ ਤੱਕ ਵੀ ਨਹੀਂ ਦੇ ਰਹੇ। ਦੱਸਦੇ ਕਿ ਐਕਸਾਈਜ਼ ਪਾਲਿਸੀ ਘਪਲੇ ਮਾਮਲੇ ਦੇ ਵਿੱਚ ਫੜੇ ਗਏ ਆਮ ਆਦਮੀ ਪਾਰਟੀ ਦੇ ਲੀਡਰ ਤਿਹਾੜ ਦੀਆਂ ਵੱਖ ਵੱਖ ਜੇਲ੍ਹਾਂ 'ਚ ਬੰਦ ਨੇ। ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਜੇਲ੍ਹ ਨੰਬਰ 2 ਤੋਂ ਜੇਲ੍ਹ ਨੰਬਰ 5 ਦੇ ਵਿੱਚ ਸ਼ਿਫਟ ਕੀਤਾ ਗਿਆ। ਮਨੀਸ਼ ਸਿਸੋਦੀਆ ਨੂੰ ਜੇਲ੍ਹ ਨੰਬਰ 1 ਦੇ ਵਿੱਚ ਰੱਖਿਆ ਗਿਆ, ਜਦਕਿ ਸਤੇਂਦਰ ਜੈਨ ਨੂੰ ਜੇਲ੍ਹ ਨੰਬਰ 7 ਦੇ ਵਿੱਚ ਰੱਖਿਆ ਗਿਆ। ਇਸ ਜੇਲ੍ਹ ਦੇ ਵਿੱਚ ਈਡੀ ਅਤੇ ਸੀਬੀਆਈ ਨਾਲ ਸੰਬੰਧਿਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਜ਼ਾਹਿਰ ਹੈ ਕਿ ਐਕਸਾਈਜ਼ ਪਾਲਿਸੀ ਘਪਲੇ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਅਤੇ 28 ਮਾਰਚ ਤੱਕ ਉਨ੍ਹਾਂ ਨੂੰ ਪਹਿਲੀ ਵਾਰ ਈਡੀ ਦੀ ਹਿਰਾਸਤ 'ਚ ਭੇਜਿਆ ਗਿਆ। ਬਾਅਦ ਵਿੱਚ ਜਦੋਂ ਕੇਂਦਰੀ ਏਜੰਸੀ ਨੇ ਮੁੜ ਹਿਰਾਸਤ ਦੀ ਮੰਗ ਕੀਤੀ ਤਾਂ ਅਦਾਲਤ ਨੇ ਉਸ ਦੀ ਈਡੀ ਦੀ ਹਿਰਾਸਤ 1 ਅਪ੍ਰੈਲ ਤੱਕ ਵਧਾ ਦਿੱਤੀ ਸੀ। ਹੁਣ ਅਰਵਿੰਦ ਕੇਜਰੀਵਾਲ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਜਿਸ ਦੌਰਾਨ ਈਡੀ ਪੁੱਛਗਿੱਛ ਕਰੇਗੀ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਉਧਰ ਮ੍ਰਿਤਕ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਵਿਚਾਰਧੀਨ ਆ। ਹਾਈ ਕੋਰਟ ਦੇ ਵੱਲੋਂ ਜਿਹੜੀ ਮੌਤ ਦੇ ਕਾਰਨਾਂ ਨੂੰ ਲੈ ਕੇ ਨਿਆਇਕ ਜਾਂਚ ਦੇ ਹੁਕਮ ਜਾਰੀ ਕੀਤੇ ਗਏ, ਜਿਸ ਦੇ ਉਲਟ ਜਾ ਕੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹੈ, ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਪਟੀਸ਼ਨ ਦਾਇਰ ਕੀਤੀ ਗਈ ਸੀ ਔਰ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਰੋਕ ਲਗਾਉਣ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਹੋਰ ਸੁਪਰੀਮ ਕੋਰਟ ਨੇ ਇਸ ਪੂਰੀ ਜਾਂਚ ਨੂੰ ਲੈ ਕੇ ਕੀ ਕੁਝ ਕਿਹਾ, ਦੇਖਦੇ ਹਾਂ ਇਸ ਰਿਪੋਰਟ ਦੇ ਰਾਹੀਂ। ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਝਟਕਾ। ਖਨੌਰੀ ਬਾਰਡਰ ਤੇ ਅੰਦੋਲਨ ਦੌਰਾਨ ਹੋਈ ਸੀ ਮੌਤ, ਸਿਰ 'ਚ ਗੋਲੀ ਲੱਗਣ ਨਾਲ ਹੋਈ ਸੀ ਮੌਤ। ਹਾਈ ਕੋਰਟ ਨੇ ਦਿੱਤੇ ਸੀ ਮੌਤ ਦੀ ਨਿਆਇਕ ਜਾਂਚ ਦੇ ਹੁਕਮ।
ਐਸਸੀ ਵੱਲੋਂ ਐਚਸੀ ਦੇ ਫੈਸਲੇ ਨੂੰ ਰੋਕਣ ਤੋਂ ਇਨਕਾਰ। ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਉੱਤੇ ਪ੍ਰਦਰਸ਼ਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੂੰ ਝਟਕਾ ਦਿੱਤਾ। ਸ਼ੁਭਕਰਨ ਦੀ ਮੌਤ ਨੂੰ ਲੈ ਕੇ ਹਾਈ ਕੋਰਟ ਦੀ ਨਿਆਇਕ ਜਾਂਚ ਉੱਤੇ ਸਟੇ ਦੇਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਰਿਪੋਰਟ ਉੱਤੇ ਵਿਚਾਰ ਕੀਤਾ ਜਾਵੇਗਾ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਪੁਲਿਸ ਨਾਲ ਝੜਪ ਦੌਰਾਨ ਮੌਤ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਵਾਉਣ ਦੇ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਹਰਿਆਣਾ ਸਰਕਾਰ ਨੇ ਚੁਣੌਤੀ ਦਿੱਤੀ ਸੀ। ਹਰਿਆਣਾ ਦੇ ਵਕੀਲ ਪ੍ਰਦੀਪ ਤੇ ਪਟੀਸ਼ਨਕਰਤਾ ਹਰਿੰਦਰਪਾਲ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸਨ। ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੇ ਨਿਰਦੇਸ਼ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਰਿਟਾਇਰਡ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿੱਚ ਜੋ ਕਮੇਟੀ ਬਣੀ ਹੈ ਉਸ ਵਿੱਚ ਹਰਿਆਣਾ ਦੇ ਪੰਜਾਬ ਦੋਵਾਂ ਦੇ ADGP ਰੈਂਕ ਦੇ ਅਧਿਕਾਰੀ ਸ਼ਾਮਲ ਹਨ, ਜਿਸ ਨਾਲ ਲੋਕਾਂ ਦਾ ਕਾਨੂੰਨ ਵਿੱਚ ਭਰੋਸਾ ਮਜ਼ਬੂਤ ਹੋਵੇਗਾ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ, ਜਿਸ ਦੀ ਸੁਣਵਾਈ 10 ਅਪ੍ਰੈਲ ਨੂੰ ਹੋਣੀ ਹੈ ਤੇ ਰਿਪੋਰਟ ਵੀ ਕੋਰਟ ਵਿੱਚ ਦਾਖਲ ਨਹੀਂ ਹੋਇਆ। ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 19 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਗੱਲ ਕਰਦੇ ਹਾਂ ਲੋਕ ਸਭਾ ਚੋਣਾਂ 2024 ਦੀਆਂ ਔਰ ਪਟਿਆਲਾ ਦੀ ਰਿਆਸਤੀ ਸੀਟ ਤੋਂ 2019 ਦੇ ਵਿੱਚ ਆਜ਼ਾਦ ਉਮੀਦਵਾਰ ਤੌਰ ਦੇ ਉੱਪਰ ਚੋਣ ਲੜਨ ਵਾਲੇ ਡਾਕਟਰ ਧਰਮਵੀਰ ਗਾਂਧੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਔਰ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਦਵਿੰਦਰ ਯਾਦਵ ਅਤੇ LOP ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਦਿੱਲੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਜੁਆਇਨਿੰਗ ਕਰਵਾਈ ਗਈ ਹੈ। ਇੱਕ ਨਜ਼ਰ ਪਾ ਲੈਂਦੇ ਹਾਂ ਹੁਣ ਤੱਕ ਧਰਮਵੀਰ ਗਾਂਧੀ ਦੇ ਸਿਆਸੀ ਸਫ਼ਰ ਦੇ ਉੱਪਰ। ਅੱਜ ਦਿੱਲੀ 'ਚ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਪਟਿਆਲਾ ਤੋਂ ਲੜ ਸਕਦੇ ਨੇ ਲੋਕ ਸਭਾ ਚੋਣ। ਸਾਲ 2019 'ਚ ਆਜ਼ਾਦ ਚੋਣ ਲੜਦਿਆਂ ਪਟਿਆਲਾ 'ਚ ਰਹੇ ਸਨ ਤੀਜੇ ਸਥਾਨ ਤੇ। ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਪ੍ਰਧਾਨ ਰਾਜਾ ਵੜਿੰਗ ਤੇ ਨਾਲ LOP ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸੀ, ਜਿਨ੍ਹਾਂ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਪਾਰਟੀ ਜੁਆਇਨ ਕਰਵਾਈ ਗਈ। ਡਾਕਟਰ ਗਾਂਧੀ ਬੀਤੇ ਦਿਨ ਕਹਿੰਦੇ ਵੀ ਨਜ਼ਰ ਆਏ ਨੇ ਕਿ ਉਹ ਇਸ ਉਮਰ ਦੇ ਵਿੱਚ ਚੋਣਾਂ ਨਹੀਂ ਲੜਨਾ ਚਾਹੁੰਦੇ, ਪਰ ਉਹਨਾਂ ਤੇ ਕਾਫੀ ਦਬਾਅ ਵੀ ਬਣਾਇਆ ਜਾ ਰਿਹਾ। ਇਹ ਵੀ ਪਰ ਕਿਹਾ ਉਹਨਾਂ ਨੇ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਉਸ ਨੂੰ ਦੇਖਦੇ ਹੋਏ ਸਿਆਸਤ ਦੇ ਵਿੱਚ ਯੋਧਿਆਂ ਦੀ ਲੋੜ ਹੈ ਜੋ ਇਸ ਸਿਸਟਮ ਦੇ ਨਾਲ ਸਿੱਧੀ ਲੜਾਈ ਲੜ ਸਕਣ, ਤੇ ਇਸ ਲਈ ਹੋ ਸਕਦਾ ਹੈ ਕਿ ਉਹ ਵੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਤਰਨ। ਤੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਉਹਨਾਂ ਨੂੰ ਲੋਕ ਸਭਾ ਸੀਟ ਦੀ ਟਿਕਟ ਵੀ ਦੇ ਸਕਦੀ ਹੈ, ਤਾਂ ਅੱਜ ਕਾਂਗਰਸ ਦਾ ਪੱਲਾ ਫੜਨਗੇ। ਦੱਸ ਦੇ ਕਿ ਡਾਕਟਰ ਗਾਂਧੀ ਨੇ ਸਾਲ 2019 ਦੇ ਵਿੱਚ ਆਜ਼ਾਦ ਚੋਣ ਲੜਦਿਆਂ ਵੀ 1,61,645 ਵੋਟਾਂ ਨਾਲ ਪਟਿਆਲਾ 'ਚ ਤੀਜਾ ਸਥਾਨ ਹਾਸਲ ਕੀਤਾ ਸੀ, ਜਦਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਵੋਟਾਂ ਹੀ ਮਿਲੀਆਂ ਸਨ। ਇਸ ਦੇ ਨਾਲ ਇਹ ਵੀ ਦੱਸਦਿਆਂ ਕਿ ਸਾਲ 2014 ਦੇ ਵਿੱਚ ਜਦੋਂ ਡਾਕਟਰ ਗਾਂਧੀ ਨੇ ਪਟਿਆਲਾ ਲੋਕ ਸਭਾ ਦੇ ਵਿੱਚ ਵੋਟਾਂ ਲੜੀਆਂ ਸੀ ਆਮ ਆਦਮੀ ਪਾਰਟੀ ਦੇ ਵੱਲੋਂ, ਤਾਂ ਉਸ ਵੇਲੇ ਡਾਕਟਰ ਗਾਂਧੀ ਨੂੰ 3,65,671 ਵੋਟਾਂ ਹਾਸਲ ਹੋਈਆਂ ਸੀ, ਅਤੇ ਉਸ ਵੇਲੇ ਡਾਕਟਰ ਗਾਂਧੀ ਨੇ ਪਰਨੀਤ ਕੌਰ ਨੂੰ ਹਰਾਇਆ ਸੀ।
ਡਾਕਟਰ ਧਰਮਵੀਰ ਗਾਂਧੀ ਨੇ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਸੀ। ਪਹਿਲਾਂ ਉਹ ਰਾਹੁਲ ਗਾਂਧੀ ਦੇ ਨਾਲ ਰਾਜਪੁਰਾ ਤੋਂ ਲੁਧਿਆਣਾ ਤੱਕ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਉਹ ਜੰਮੂ ਕਸ਼ਮੀਰ ਦੇ ਲਾਲ ਚੌਂਕ ਵਿੱਚ ਲਗਾਤਾਰ 3 ਦਿਨ ਰਾਹੁਲ ਗਾਂਧੀ ਦੇ ਨਾਲ ਰਹੇ ਵੀ ਨੇ। ਇਸ ਦੇ ਇਲਾਵਾ ਡਾਕਟਰ ਗਾਂਧੀ ਫਿਰ ਕੰਨਿਆ ਕੁਮਾਰੀ ਵਿੱਚ ਵੀ ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਏ ਸਨ। ਤਾਂ ਅੱਜ ਡਾਕਟਰ ਧਰਮਵੀਰ ਗਾਂਧੀ ਰਸਮੀ ਤੌਰ 'ਤੇ ਕਾਂਗਰਸ ਜੁਆਇਨ ਕਰ ਰਹੇ ਨੇ, ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦਿੱਲੀ ਦੇ ਵਿੱਚ ਕਾਂਗਰਸ ਹੈੱਡਕੁਆਟਰ 'ਚ ਪ੍ਰੋਗਰਾਮ ਰੱਖਿਆ ਗਿਆ, ਜਿਸ ਦੇ ਵਿੱਚ ਸ਼ਾਮਲ ਹੋ ਕੇ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦਾ। ਉਧਰ ਅੰਮ੍ਰਿਤਸਰ ਦੇ ਵਿੱਚ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਗੁਰਪ੍ਰੀਤ ਸਿੰਘ ਭੁੱਲਰ ਜਿਹੜੇ ਕਿ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ, ਉਹਨਾਂ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜਾ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਖਾਸ ਗੱਲਬਾਤ ਕੀਤੀ ਦੈਨਿਕ ਸਵੇਰਾ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ, ਉਹ ਵੀ ਤੁਹਾਨੂੰ ਸੁਣਾ ਦਿੰਦੇ। ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਪਹੁੰਚੇ ਨੇ, ਬਰੀਫਿੰਗ ਵੀ ਕਰ ਰਹੇ ਨੇ ਫੋਰਸ ਨੂੰ ਸਰ, ਜਿਹੜੇ ਇੱਥੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਉਹਦੇ ਬਾਰੇ ਸਰ। ਦੇਖੋ, ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇਹਦੀਆਂ ਹਦਾਇਤਾਂ ਨੇ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਕਿ ਉਹ ਆਪਣੀ ਫਰੀ ਐਂਡ ਫੇਅਰ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਸਕਣ। ਉਸੇ ਸੰਬੰਧ ਦੇ ਵਿੱਚ ਫਲੈਗ ਮਾਰਚ ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਹੈ। ਸਾਡੇ ਕੋਲ ਪੈਰਾਮਿਲਟਰੀ ਦੀ ਕੰਪਨੀ ਆਈ ਹੋਈ ਹੈ, ਉਹ ਰੋਜ਼ ਜਿਹੜੇ ਅਸੀਂ ਵਰਨੇਬਲ ਏਰੀਆ ਆਈਡੈਂਟੀਫਾਈ ਕੀਤੇ ਆ ਉੱਥੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਵਾਰ ਵਾਰ ਜਾਂਦੇ ਆ। ਔਰ ਜਿਹੜੇ ਅਸੀਂ ਟ੍ਰਬਲ ਮੇਕਰ ਹੈ, ਜਿਹੜੇ ਬੰਦੇ ਸ਼ਰਾਰਤੀ ਨੇ, ਉਹਨਾਂ ਦੀ ਵੀ ਲਿਸਟ ਬਣਾਈ ਹੋਈ, ਉਹਨਾਂ ਨੂੰ ਬਾਊਂਡ ਡਾਊਨ ਕੀਤਾ ਜਾ ਰਿਹਾ ਰੈਗੂਲਰ ਬੇਸਿਸ 'ਤੇ। 51% ਦੇ ਕਰੀਬ ਅਸੀਂ ਹਥਿਆਰ ਆਲਰੇਡੀ ਜਮ੍ਹਾਂ ਕਰਾ ਚੁੱਕੇ ਹਾਂ। ਇਹ ਹਥਿਆਰ ਉਸ ਤੋਂ ਇਲਾਵਾ ਨੇ ਜਿਹੜੇ ਸਕਰੀਨਿੰਗ ਕਮੇਟੀ ਦੇ ਵਿੱਚ ਪੈਂਡਿੰਗ ਨੇ ਰਿਕੁਐਸਟ, ਜਿਹੜੇ ਉਹਨੂੰ ਪਰਸਨਲ ਥ੍ਰੈਟ ਹੈ। ਔਰ ਇਸ ਤੋਂ ਇਲਾਵਾ ਐਕਸਾਈਜ਼ ਐਕਟ, ਆਰਮਸ ਐਕਟ ਔਰ NDPS ਐਕਟ, ਡਰੱਗ ਦਾ, ਨਜਾਇਜ਼ ਸ਼ਰਾਬ ਦਾ ਔਰ ਜਿਹੜੇ ਨਜਾਇਜ਼ ਅਸਲਾ, ਉਹਦੇ 'ਤੇ ਤੁਹਾਨੂੰ ਪਤਾ ਹੀ ਹੈ ਕਿ ਕਮਿਸ਼ਨਰ ਪੁਲਿਸ ਦੀ ਕਾਰਗੁਜ਼ਾਰੀ, ਸਾਡੇ ਸਪੈਸ਼ਲ ਓਪਰੇਸ਼ਨ ਚੱਲਦੇ ਰਹਿੰਦੇ ਔਰ ਵੱਡੀਆਂ ਰਿਕਵਰੀਆਂ ਅਸੀਂ ਪਹਿਲਾਂ ਵੀ ਕੀਤੀਆਂ, ਹੁਣ ਵੀ ਸਾਡੇ ਓਪਰੇਸ਼ਨ ਜਾਰੀ ਨੇ। ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ ਇੱਥੇ ਫਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਚਨਬੱਧ। ਕਿਹੜੀ ਤਰੀਕ ਮਿੱਥੀ ਗਈ ਸਰ ਜਿਹੜੇ ਦੱਸਣ ਸੀ ਹਥਿਆਰ ਜਮ੍ਹਾਂ ਕਰਵਾਉਣ ਦੀ? ਦੇਖੋ, ਉਹ ਤਰੀਕ ਦੀ ਕੋਈ ਗੱਲ ਨਹੀਂ ਹੈ, ਨੋਟੀਫਿਕੇਸ਼ਨ ਤੋਂ ਪਹਿਲਾਂ ਅਸੀਂ ਕਰਾਉਣੇ ਹੈ। ਉਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜ਼ਰੂਰ ਆਪਣਾ ਇਹ ਕੰਮ ਕਰ ਲੈਣ, ਕਿਉਂਕਿ ਅਦਰਵਾਈਜ਼ ਫਿਰ ਉਹਨਾਂ ਦੇ ਖਿਲਾਫ ਐਕਸ਼ਨ ਵੀ ਹੋ ਸਕਦਾ ਔਰ ਲਾਇਸੈਂਸ ਫਿਰ ਕੈਂਸਲ ਹੋਣਗੇ। ਸਰ, ਕਈਆਂ ਨੂੰ ਥ੍ਰੈਟ ਵੀ ਹੁੰਦਾ ਜੀ, ਉਹ ਕਹਿੰਦੇ ਨੇ ਵੀ ਅਸੀਂ ਹਥਿਆਰ ਜਮ੍ਹਾਂ ਨਹੀਂ ਕਰਵਾ ਸਕਦੇ, ਉਹਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਦੇਣੀ ਹੈ ਜੀ। ਸਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਆ ਚੁੱਕੀਆਂ ਔਰ ਉਹ ਮਤਲਬ ਅਸੀਂ ਉਹਨਾਂ ਨੂੰ ਸਕਰੀਨਿੰਗ ਕਮੇਟੀ ਦੇ ਵਿੱਚ ਸਾਰਾ ਚੈੱਕ ਕਰ ਰਹੇ ਹਾਂ। ਲੋਕਾਂ ਨੂੰ ਸਰ ਕੀ ਖਾਸ ਅਪੀਲ ਕਰਨੀ ਚਾਹੀਦੀ? ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਕਿ ਫਰੀ ਫੇਅਰ ਪੋਲ ਦੇ ਵਿੱਚ ਹਿੱਸਾ ਲੈਣ, ਪੋਲੀਟੀਕਲ ਜੋ ਐਕਟੀਵਿਟੀ ਹੈ। ਔਰ ਪੁਲਿਸ ਇਸ ਗੱਲ 'ਤੇ ਵਚਨਬੱਧ ਹੈ ਕਿ ਉਹਨਾਂ ਦੀ ਸੁਰੱਖਿਅਤ ਔਰ ਉਹਨਾਂ ਨੂੰ ਕੋਈ ਬੰਦਾ ਤੰਗ ਵਗੈਰਾ ਨਹੀਂ ਕਰੇਗਾ, ਉਹ ਸ਼ਰਾਰਤੀ ਬੰਦੇ ਕਿਸੇ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ। ਉਧਰ ਮੁਕਤਸਰ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਇਸ ਕਾਰ ਦੇ ਵੱਲੋਂ ਪਹਿਲਾਂ ਤਾਂ ਇੱਕ ਬਜ਼ੁਰਗ ਜੋੜੇ ਨੂੰ ਟੱਕਰ ਮਾਰੇਗੀ, ਉਸ ਤੋਂ ਬਾਅਦ ਇੱਕ ਮੋਟਰਸਾਈਕਲ ਨੂੰ ਆਪਣੀ ਚਪੇੜ ਦੇ ਵਿੱਚ ਲੈਂਦੀ ਹੋਈ ਇਹ ਕਾਰ ਹੌਸਪੀਟਲ ਦੇ ਗੇਟ ਦੇ ਨਾਲ ਜਾ ਟਕਰਾਉਂਦੀ ਹੈ ਔਰ ਇਸ ਹੁਣ ਪੂਰੇ ਘਟਨਾ ਦੀ CCTV ਸਾਹਮਣੇ ਆ ਚੁੱਕੀ ਹੈ। ਕੀ ਕਾਰਨ ਇਹ ਦੇਖਦੇ ਹਾਂ ਇਸ ਖਾਸ ਰਿਪੋਰਟ। ਚਾਵਾਂ ਨਾਲ ਬਣਾਏ ਘਰ ਤੇ ਕੁਦਰਤ ਦਾ ਕਹਿਰ, ਅਸਮਾਨੀ ਬਿਜਲੀ ਡਿੱਗਣ ਨਾਲ ਸੜਿਆ ਪੂਰਾ ਸਮਾਨ, ਫ੍ਰਿਜ, AC, ਪੱਖੇ, CCTV ਕੈਮਰੇ, ਫੋਨ, ਇਨਵਰਟਰ ਵੀ ਖਰਾਬ। ਘੱਟੋ ਘੱਟ 3 ਲੱਖ ਰੁਪਏ ਦਾ ਹੋਇਆ ਨੁਕਸਾਨ। ਮਾਮਲਾ ਹਲਕਾ ਗਿੱਦੜਬਾਹਾ ਦੇ ਪਿੰਡ ਦੋਲਾ ਦਾ, ਜਿੱਥੇ ਅਮਰ ਸਿੰਘ ਪੁੱਤਰ ਮੇਜਰ ਸਿੰਘ ਦੇ ਘਰ
ਅਸਮਾਨੀ ਬਿਜਲੀ ਦਾ ਕਹਿਰ ਦੇਖਣ ਨੂੰ ਮਿਲਿਆ। ਬਿਜਲੀ ਡਿੱਗਣ ਕਾਰਨ ਬਿਜਲੀ ਦੇ ਸਾਰੇ ਉਪਕਰਨ ਸੜ ਗਏ, ਜਿਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਅਚਾਨਕ ਰਾਤ ਦੇ ਕਰੀਬ 2:45 ਅਸਮਾਨੀ ਬਿਜਲੀ ਉਹਨਾਂ ਦੀ ਕੋਠੀ ਦੀ ਛੱਤ ਉੱਤੇ ਬਣੀ ਪਾਣੀ ਵਾਲੀ ਟੈਂਕੀ ਉੱਤੇ ਡਿੱਗੀ, ਜੋ ਕੋਠੀ ਦੀਆਂ ਦੋਵੇਂ ਮੰਜ਼ਲਾਂ ਵਿੱਚ ਦੀ ਹੋ ਕੇ ਬਿਜਲੀ ਦੇ ਮੀਟਰ ਤੱਕ ਪਹੁੰਚ ਗਈ, ਜਿਸ ਨੇ ਮੀਟਰ ਵੀ ਸਾੜ ਦਿੱਤਾ। ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਫਰਿੱਜ, ਏਸੀ, ਪੱਖੇ, ਸੀਸੀਟੀਵੀ ਕੈਮਰੇ, ਫੋਨ, ਇਨਵਰਟਰ, ਪਾਣੀ ਵਾਲਾ ਫਿਲਟਰ ਤੋਂ ਇਲਾਵਾ ਕੋਠੀ ਦੀ ਸਾਰੀ ਹੀ ਬਿਜਲੀ ਦੀ ਫਿਟਿੰਗ ਸੜ ਗਈ ਹੈ। ਬਾਈ ਅਮਰ ਸਿੰਘ, ਮੇਰਾ ਨਾਂ ਜੀ, ਪਿੰਡ ਦੌਲਾ ਜੀ, ਬਲਾਕ ਗਿੱਦੜਵਾ, ਜ਼ਿਲ੍ਹਾ ਮੁਕਤਸਰ ਜੀ। ਕੀ ਗੱਲ? ਅਸਮਾਨੀ ਬਿਜਲੀ ਡਿੱਗਣ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਏਸੀ ਸੀਗੇ, ਇਨਵਰਟਰ ਸੀਗਾ ਜੀ, ਕੈਮਰੇ ਸੀਗੇ ਜੀ, LCD, ਕੋਈ ਵੀ ਸਮਾਨ ਨਹੀਂ, ਮਤਲਬ ਕੋਈ ਪੱਖੇ ਨਹੀਂ ਬਚੇ, ਕੋਈ ਸਾਰਾ ਸਮਾਨ, ਮਤਲਬ ਜੀ। ਇਹ ਪਤਾ ਲੱਗਾ ਡਿੱਗੀ ਕਿੱਥੇ ਸੀ? ਨਹੀਂ, ਉੱਪਰੋਂ ਡਿੱਗੀ ਆ ਜੀ, ਥੱਲੇ ਆ ਗਈ ਕੋਠੀ ਦੇ ਵਿੱਚ। ਅੱਛਾ, ਕੋਠੀ ਛੱਤ 'ਤੇ ਡਿੱਗੀ ਉੱਪਰ? ਹਾਂ, ਛੱਤ 'ਤੇ ਡਿੱਗੀ ਆ ਜੀ, ਛੱਤ ਵਿੱਚ ਦੀ ਟੱਪ ਕੇ ਥੱਲੇ ਆ ਕੇ ਫਿਰ ਉੱਥੋਂ ਦੀ ਮੂਰਾ ਕੱਢ ਕੇ ਚਲੀ ਗਈ, ਬਸ ਜਾਨੀ ਨੁਕਸਾਨ ਤੋਂ ਬਚ ਗਈ ਜੀ। ਅਤੇ ਹੋਰ ਕੋਈ ਬਿਜਲੀ ਦਾ ਕੁਛ ਨਹੀਂ ਬਚਿਆ, ਨਾ ਕੋਈ ਮੀਟਰ, ਨਾ ਮੂਟਰ, ਨਾ ਕੋਈ AC ਜੀ, ਨਾ ਕੋਈ ਫਰਿੱਜ, ਨਾ ਕੋਈ ਇਨਵਰਟਰ, ਸਾਰਾ ਨੁਕਸਾਨ ਹੋ ਗਿਆ ਜੀ। ਅਤੇ ਡਿੱਗੀ ਕਦੋਂ ਕਿਸੇ ਬਾਈ? ਇਹ 1:45 ਦਾ ਟਾਈਮ ਹੋਊਗਾ ਜੀ ਰਾਤ ਨੂੰ। ਅਤੇ ਮੀਟਰ ਵਗੈਰਾ ਵੀ ਸੜ ਗਿਆ? ਮੀਟਰ ਵੀ ਸੜ ਗਿਆ ਜੀ, ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ, ਸਾਰੀ ਜਿੰਨੀ ਵੀ ਘਰੇ ਸੀਗੀ, ਮੀਟਰ ਵੀ ਸੜ ਗਿਆ ਜੀ। ਇਹ ਤੁਹਾਡੇ ਇਕੱਲੇ ਦੇ ਘਰ ਦਾ ਨੁਕਸਾਨ ਹੋਇਆ ਕਿ ਆਸ ਪਾਸ ਵੀ ਕੋਈ? ਆਸੇ ਪਾਸੇ ਵਾਲਿਆਂ ਦੇ ਵੀ ਹੋਏ ਜੀ, ਜਿਵੇਂ ਸਰਪੰਚਾਂ ਦਾ ਜੀ, ਇੱਧਰ ਨਾਲ ਜਿੰਨੇ ਆਂਢੀ ਗੁਆਂਢੀ ਸੀਗੇ ਸਾਰਿਆਂ ਦੇ, ਕਿਸੇ ਦੇ ਕੈਮਰੇ ਸੜ ਗਏ, ਕਿਸੇ ਦੇ ਪੱਖੇ ਸੜ ਗਏ, ਕਿਸੇ ਦੀ ਫਰਿੱਜ, ਮਤਲਬ ਪਾਸੇ ਪਾਸੇ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋਇਆ ਜੀ। ਇਸ ਸੰਬੰਧੀ ਪਿੰਡ ਦੀ ਸਰਪੰਚ ਰਣਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰ ਸਿੰਘ ਦੇ ਘਰ ਉੱਤੇ ਬਿਜਲੀ ਡਿੱਗਣ ਨਾਲ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਆਸ ਪਾਸ ਦੇ ਘਰਾਂ ਦੇ ਵਿੱਚ ਵੀ ਬਿਜਲੀ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ। ਦੂਜੇ ਪਾਸੇ ਪੀੜਿਤ ਪਰਿਵਾਰ ਵੱਲੋਂ ਨੁਕਸਾਨ ਦੀ ਭਰਪਾਈ ਲਈ ਬਣਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ। ਸਰਪੰਚ ਰਣਜੀਤ ਕੌਰ, ਬਲਾਕ ਗਿੱਦੜਵਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਾਡੇ ਪਿੰਡ ਅਮਰ ਸਿੰਘ, ਸਨ ਆਫ ਮੇਜਰ ਸਿੰਘ, ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ, ਅਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪਈ, ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ, ਅਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ। ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ, ਅਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ। ਘਰ ਦੇ ਜੋ ਵੀ ਫਰਿੱਜ ਸੀ, TV ਸੀ, 2 AC ਸੀ, ਮੋਬਾਈਲ, ਕੈਮਰੇ, ਹਰ ਇੱਕ ਚੀਜ਼ ਹੀ ਸੜ ਗਈ ਜੀ, ਮੀਟਰ ਤੱਕ ਵੀ ਸੜ ਗਿਆ। ਅਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗੁਆਂਢੀ ਵੀ ਬਹੁਤ ਘਬਰਾ ਗਏ ਸੀਗੇ। ਅਤੇ ਜਦੋਂ ਅਸੀਂ ਸੁਬਾਹ ਆ ਕੇ ਵੇਖਿਆ ਅਤੇ ਕੋਠੀ ਦੇ ਵਿੱਚ ਉਦੋਂ ਵੀ ਧੂੰਆਂ ਵਗੈਰਾ ਬਹੁਤ ਆ ਰਿਹਾ ਸੀਗਾ, ਅਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਆਂਢ ਗੁਆਂਢ ਦਾ ਵੀ ਨੁਕਸਾਨ ਹੋਇਆ ਜੀ, ਕੈਮਰੇ ਸੜ ਗਏ, ਕਿਸੇ ਦੀ ਫਰਿੱਜ ਸੜ ਗਈ, ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ? ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ, ਘੱਟ ਨਹੀਂ ਗਾ, ਕਿਉਂਕਿ ਕੋਠੀ ਹੈਗੀ ਹੈਗੀ, ਡਬਲ ਸਟੋਰੀ ਹੈਗੀ ਸੀਗੀ, ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ, ਅਤੇ ਸਾਰੀ ਫਿਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ, ਵਿਚਾਰਿਆਂ ਦਾ ਸਾਰੇ ਸੜ ਕੇ ਸਵਾਹ ਹੋ ਗਿਆ ਜੀ। ਅਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦੱਸਤਾ, ਸੂਚਨਾ ਦਿੱਤੀ? ਹਾਂਜੀ, ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ, ਹੁਣ ਅਸੀਂ ਜਾਵਾਂਗੇ ਜੀ, SDM ਕੋਲ ਵੀ ਜਾਵਾਂਗੇ, DC ਦਫ਼ਤਰ ਵੀ ਜਾਵਾਂਗੇ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ। ਅਤੇ ਮੀਟਰ ਵਗੈਰਾ ਵੀ? ਹਾਂਜੀ, ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ। ਉਧਰ ਮੁਕਤਸਰ ਦੇ ਵਿੱਚ ਕੁਦਰਤੀ ਮਾਰ ਦੇਖਣ ਨੂੰ ਮਿਲੀ, ਜਿੱਥੇ ਇੱਕ ਪਰਿਵਾਰ ਦੇ ਉੱਪਰ ਜਿਹੜਾ ਹੈ ਦੁੱਖਾਂ ਦਾ ਪਹਾੜ ਟੁੱਟਿਆ। ਤੁਹਾਨੂੰ ਦੱਸ ਦਈਏ ਕਿ ਅਸਮਾਨੀ ਬਿਜਲੀ ਇੱਕ ਘਰ ਦੇ ਉੱਪਰ ਗਿਰਦੀ ਹੈ, ਜਿਸ ਤੋਂ ਬਾਅਦ ਘਰ ਦੇ ਵਿੱਚ ਸਾਰਾ ਪਿਆ ਜਿਹੜਾ ਸਮਾਨ ਹੈ ਸੜ ਕੇ ਸੁਬਾਹ ਹੋ ਜਾਂਦਾ। ਤਸਵੀਰਾਂ ਦੇਖ ਕੇ ਤੁਸੀਂ ਖੁਦ
ਖੌਫਨਾਕ ਮੰਜ਼ਰ ਦਾ ਅੰਦਾਜ਼ਾ ਲਗਾ ਸਕਦੇ ਹੋ। ਦੇਖਦੇ ਹਾਂ ਇਸ ਵਾਸਤੇ ਸੜਕ ਤੇ ਬੇਕਾਬੂ ਕਾਰ ਦਾ ਕਹਿਰ, ਪਹਿਲਾਂ ਬਜ਼ੁਰਗ ਜੋੜੇ ਤੇ ਫਿਰ ਮੋਟਰਸਾਈਕਲ ਸਵਾਰ ਨੂੰ ਕੁਚਲਿਆ। ਬ੍ਰੇਕ ਲਗਾਉਣ ਦੀ ਬਜਾਏ ਦੇ ਦਿੱਤੀ ਰੇਸ। ਸੀਸੀਟੀਵੀ ਵੀਡੀਓ ਨੇ ਉਡਾਏ ਸਭ ਦੇ ਹੋਸ਼। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ। ਸੜਕ ਦੇ ਉੱਤੇ ਬੇਕਾਬੂ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ, ਜਿੱਥੇ ਇੱਕ ਪਹਿਲਾਂ ਕਾਰ ਦੋ ਬਜ਼ੁਰਗਾਂ ਨੂੰ ਤੇ ਫਿਰ ਇੱਕ ਵਿਅਕਤੀ ਨੂੰ ਰੋਂਦੀ ਹੋਈ ਹਸਪਤਾਲ ਦੇ ਗੇਟ 'ਚ ਜਾ ਵੱਜੀ। ਦੱਸਦੀ ਕਿ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਬੇਕਾਬੂ ਕਾਰ ਨੇ ਸੜਕ ਦੇ ਉੱਤੇ ਕਹਿਰ ਮਚਾਇਆ। ਪਹਿਲਾਂ ਦੋ ਬਜ਼ੁਰਗਾਂ ਨੂੰ ਟੱਕਰ ਮਾਰੀ, ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੂੰ ਰੋਂਦੀ ਹੋਈ ਹਸਪਤਾਲ ਦੇ ਗੇਟ 'ਚ ਜਾ ਵੱਜੀ। ਦੱਸਦੀ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੇਕਾਬੂ ਕਾਰ ਨੇ ਤਿੰਨ ਵਿਅਕਤੀਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਹਾਦਸੇ ਸੰਬੰਧੀ ਦੋ ਵੱਖ ਵੱਖ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਨੇ। ਦੱਸਦੀ ਕਿ ਰੇਲਵੇ ਰੋਡ 'ਤੇ ਬੇਕਾਬੂ ਹੋਈ ਕਾਰ ਨੇ ਤਿੰਨ ਵਿਅਕਤੀਆਂ ਨੂੰ ਆਪਣੀ ਰਪੇਟ ਦੇ ਵਿੱਚ ਲੈ ਲਿਆ। ਪਹਿਲਾਂ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਜੋੜੇ ਨੂੰ ਅਤੇ ਫਿਰ ਇੱਕ ਮੋਟਰਸਾਈਕਲ ਸਵਾਰ ਨੂੰ ਇਸ ਕਾਰ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਦੋਵਾਂ ਹਾਦਸਿਆਂ ਦੀ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਜੋੜੇ ਨੂੰ ਕਾਰ ਨੇ ਆਪਣੀ ਲਪੇਟ ਦੇ ਵਿੱਚ ਲਿਆ ਅਤੇ ਫਿਰ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਿਆਂ ਹੋਇਆਂ ਹਸਪਤਾਲ ਦੇ ਗੇਟ ਦੇ ਨਾਲ ਜਾ ਟਕਰਾਈ। ਹਾਦਸੇ ਦੇ ਵਿੱਚ ਕਰੀਬ ਤਿੰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਾਦਸੇ ਦਾ ਕਾਰਨ ਵਿਅਕਤੀ ਵੱਲੋਂ ਬ੍ਰੇਕ ਮਾਰਨ ਦੇ ਥਾਂ ਰੇਸ ਦੇ ਹੋ ਗਈ, ਜਿਸ ਦੇ ਨਾਲ ਇਹ ਹਾਦਸਾ ਵਾਪਰ ਗਿਆ। ਫਿਲਹਾਲ ਬਜ਼ੁਰਗ ਅਤੇ ਜ਼ਖਮੀ ਮੋਟਰਸਾਈਕਲ ਸਵਾਰ ਦਾ ਇਲਾਜ ਜਾਰੀ ਹੈ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ। ਸੜਕ ਦੇ ਉੱਤੇ ਬੇਕਾਬੂ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ, ਜਿੱਥੇ ਇੱਕ ਪਹਿਲਾਂ ਕਾਰ ਦੋ ਬਜ਼ੁਰਗਾਂ ਨੂੰ ਤੇ ਫਿਰ ਇੱਕ ਵਿਅਕਤੀ ਨੂੰ ਰੋਂਦੀ ਹੋਈ ਹਸਪਤਾਲ ਦੇ ਗੇਟ 'ਚ ਜਾ ਵੱਜੀ। ਦੱਸਦੀ ਕਿ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਬੇਕਾਬੂ ਕਾਰ ਨੇ ਸੜਕ ਦੇ ਉੱਤੇ ਕਹਿਰ ਮਚਾਇਆ। ਪਹਿਲਾਂ ਦੋ ਬਜ਼ੁਰਗਾਂ ਨੂੰ ਟੱਕਰ ਮਾਰੀ, ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੂੰ ਰੋਂਦੀ ਹੋਈ ਹਸਪਤਾਲ ਦੇ ਗੇਟ 'ਚ ਜਾ ਵੱਜੀ। ਦੱਸਦੀ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੇਕਾਬੂ ਕਾਰ ਨੇ ਤਿੰਨ ਵਿਅਕਤੀਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਹਾਦਸੇ ਸੰਬੰਧੀ ਦੋ ਵੱਖ ਵੱਖ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਨੇ। ਦੱਸਦੀ ਕਿ ਰੇਲਵੇ ਰੋਡ 'ਤੇ ਬੇਕਾਬੂ ਹੋਈ ਕਾਰ ਨੇ ਤਿੰਨ ਵਿਅਕਤੀਆਂ ਨੂੰ ਆਪਣੀ ਰਪੇਟ ਦੇ ਵਿੱਚ ਲੈ ਲਿਆ। ਪਹਿਲਾਂ ਸੜਕ ਕਿਨਾਰੇ ਖੜ੍ਹੇ ਬਜ਼ੁਰਗ ਜੋੜੇ ਨੂੰ ਅਤੇ ਫਿਰ ਇੱਕ ਮੋਟਰਸਾਈਕਲ ਸਵਾਰ ਨੂੰ ਇਸ ਕਾਰ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਦੋਵਾਂ ਹਾਦਸਿਆਂ ਦੀ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਬਜ਼ੁਰਗ ਜੋੜੇ ਨੂੰ ਕਾਰ ਨੇ ਆਪਣੀ ਲਪੇਟ ਦੇ ਵਿੱਚ ਲਿਆ ਅਤੇ ਫਿਰ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਿਆਂ ਹੋਇਆਂ ਹਸਪਤਾਲ ਦੇ ਗੇਟ ਦੇ ਨਾਲ ਜਾ ਟਕਰਾਈ। ਹਾਦਸੇ ਦੇ ਵਿੱਚ ਕਰੀਬ ਤਿੰਨ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਾਦਸੇ ਦਾ ਕਾਰਨ ਵਿਅਕਤੀ ਵੱਲੋਂ ਬ੍ਰੇਕ ਮਾਰਨ ਦੇ ਥਾਂ ਰੇਸ ਦੇ ਹੋ ਗਈ, ਜਿਸ ਦੇ ਨਾਲ ਇਹ ਹਾਦਸਾ ਵਾਪਰ ਗਿਆ। ਫਿਲਹਾਲ ਬਜ਼ੁਰਗ ਅਤੇ ਜ਼ਖਮੀ ਮੋਟਰਸਾਈਕਲ ਸਵਾਰ ਦਾ ਇਲਾਜ ਜਾਰੀ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।